ਅਸੀਂ ਅੱਜ ਪਹੁੰਚੇ ਹਾਂ ਲੁਧਿਆਣਾ ਦੇ ਮੁੱਖ ਚੌਂਕ ਦੇ ਵਿੱਚ, ਸਿਦਮਾ ਕਨਾਲ ਦੇ ਵਿੱਚ ਜੋ ਪੈਂਦਾ ਹੈ ਬੀਅਰਸ ਨਗਰ ਚੌਂਕ, ਜੋ ਦੂਸਰੇ ਪਾਸੇ ਕਨੈਕਟ ਹੋ ਰਿਹਾ ਸਰਾਭਾ ਨਗਰ ਦੇ ਨਾਲ ਤੇ ਇੱਕ ਪਾਸੇ ਕਨੈਕਟ ਹੋ ਰਿਹਾ ਫਿਰੋਜ਼ਪੁਰ ਰੋਡ ਦੇ ਨਾਲ। ਤੁਸੀਂ ਇਸ ਸਮੇਂ ਤਸਵੀਰਾਂ ਦੇ ਵਿੱਚ ਟ੍ਰੈਫਿਕ ਦਾ ਜੋ ਮੌਜੂਦਾ ਹਾਲਾਤ ਹੈ ਉਹ ਤੁਸੀਂ ਦੇਖ ਸਕਦੇ ਹੋ, ਜਿੱਥੇ ਟ੍ਰੈਫਿਕ ਪੁਲਿਸ ਵੱਲੋਂ ਨਿੱਤ ਨਵੇਂ ਵਾਅਦੇ ਕੀਤੇ ਜਾ ਰਹੇ ਨੇ ਟ੍ਰੈਫਿਕ ਨੂੰ ਸੁਚਾਰੂ ਰੂਪ ਦੇ ਨਾਲ ਚਲਾਉਣ ਲਈ। ਲੇਕਿਨ ਜੋ ਤੁਸੀਂ ਇਸ ਸਮੇਂ ਤਸਵੀਰਾਂ ਦੇ ਵਿੱਚ ਲੁਧਿਆਣਾ ਦਾ ਹਾਲ ਦੇਖ ਸਕਦੇ ਹੋ ਟ੍ਰੈਫਿਕ ਦਾ, ਆਓ ਇੱਥੇ ਮੌਜੂਦ ਅਸੀਂ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ। ਭਾਜੀ ਇਹ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਕਰ ਰਹੇ ਹੋ? ਅਸੀਂ ਰੋਜ਼ ਸਵੇਰੇ 8-9 ਵਜੇ ਆ ਜਾਂਦੇ ਹਾਂ ਇੱਥੇ ਜੀ ਕੰਮ 'ਤੇ, ਇੱਥੇ ਬੱਸ ਕਢਾ ਕੇ ਰੋਜ਼ ਇੱਥੇ ਰੁਤਾਨ ਇਹੀ ਜਾਮ ਲੱਗਦਾ ਜੀ 12 ਵਜੇ ਤੱਕ ਜੀ। ਅਤੇ ਇੱਥੇ ਲਗਾਤਾਰ ਜੋ ਹੈ ਟ੍ਰੈਫਿਕ ਪੁਲਿਸ ਵੱਲੋਂ ਕੋਈ ਕਰਮਚਾਰੀ ਕਦੇ ਤੁਸੀਂ ਦੇਖਿਆ ਇੱਥੇ? ਨਹੀਂ ਜੀ ਨਹੀਂ, ਕੋਈ ਕਦੇ ਨਹੀਂ ਆਈ ਜੀ ਪੁਲਿਸ, ਟ੍ਰੈਫਿਕ ਪੁਲਿਸ ਕਦੇ ਨਹੀਂ ਆਈ ਜੀ ਉਰੇ। ਅਤੇ ਇੱਥੇ ਹੁਣ ਲਾਈਟਾਂ ਦਾ ਵੀ ਇੰਤਜ਼ਾਮ ਨਹੀਂ ਹੈਗਾ, ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਹਾਂਜੀ ਇੱਥੇ ਜੀ ਲਾਈਟਾਂ ਲੱਗਣੀਆਂ ਚਾਹੀਦੀਆਂ ਜੀ, ਟ੍ਰੈਫਿਕ ਪੁਲਿਸ ਵਾਲੇ ਰੋਜ਼ ਖੜਨੇ ਚਾਹੀਦੇ ਆ ਜੀ ਇੱਥੇ ਆ ਕੇ, ਕੈਮਰੇ ਲੱਗੇ ਆ ਜੀ, ਕੈਮਰੇ ਦਾ ਕੀ ਲੈਣਾ ਜੀ ਆਪਾਂ, ਟ੍ਰੈਫਿਕ ਬੱਤੀਆਂ ਲਵਾਉਣੀਆਂ ਚਾਹੀਦੀਆਂ ਜੀ ਉਰੇ ਲਾਈਟਾਂ। ਇਹ ਸਾਲ ਤੋਂ ਇੱਕ ਇੱਦਾਂ ਹੀ ਹੋ ਰਿਹਾ ਕੰਮ, ਇੱਕ ਸਾਲ ਤੋਂ ਹੋ ਗਿਆ ਅਸੀਂ ਬੱਸਾਂ 'ਤੇ ਲੱਗੇ ਹੋਏ ਹਾਂ, ਸਾਲ ਤੋਂ ਪਹਿਲਾਂ ਇੱਦਾਂ ਹੀ ਚੱਲਦਾ ਕੰਮ, ਬਹੁਤ ਇੱਥੇ ਜਾਮ ਲੱਗਦਾ ਪਿਆ। ਇੱਥੇ ਅਸੀਂ ਮੌਕੇ 'ਤੇ ਮੌਜੂਦ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ, ਜੋ ਕਿ ਆਪਣਾ ਕੰਮ ਛੱਡ ਕੇ ਜੋ ਟ੍ਰੈਫਿਕ ਇੱਥੇ ਇਸ ਸਮੇਂ ਹੋਇਆ ਹੋਇਆ ਉਹਨੂੰ ਮਤਲਬ ਸੁਚਾਰੂ ਰੂਪ ਦੇ ਨਾਲ ਚਲਾਉਣ ਦੇ ਵਿੱਚ ਮਦਦ ਕਰ ਰਹੇ ਨੇ। ਅਤੇ ਪ੍ਰਸ਼ਾਸਨ ਨੂੰ ਵੀ ਅਸੀਂ ਇਹੀ ਮੰਗ ਕਰਦੇ ਹਾਂ ਕਿ ਟ੍ਰੈਫਿਕ ਜੋ ਸਮੱਸਿਆ ਹੈ ਇਹਨੂੰ ਮਿਲ ਜੁਲ ਕੇ ਨਿਪਟਾਇਆ ਜਾ ਸਕੇ, ਕੁਛ ਇਸ ਤਰ੍ਹਾਂ ਦੇ ਠੋਸ ਕਦਮ ਚੁੱਕਣੇ ਚਾਹੀਦੇ ਨੇ। ਕੈਮਰਾਮੈਨ ਸਤਵੰਤ ਮਠਾਰੂ ਦੇ ਨਾਲ ਵਰੁਣ ਸੱਗਣ, ਲੁਧਿਆਣਾ ਲਾਈਵ।